प्रधानमंत्री नरेंद्र मोदी और राष्ट्रीय की आकार देने भाषा साहित्य कला तध्यत्मिकता की भूमिका बारे आख्या मुख्यमंत्री उमर अब्दुल्ला औरे दी सरकार दी पहली, -पहली कैबिनेट बैठक दी अध्यक्षता की जे जे जम्मू कश्मीर च बुनियादी ढांचे सेहत संभाल शिक्षा की बढ़ावा देने दी नमी सरकार दी प्राथमिकता ਸੁਰੱਖਿਆ ਬਲੇ ਜ਼ਿਲ੍ਹਾ ਪੁੰਛ ਤੇ ਰਾਜੌਰੀ ਚ ਆਤੰਕਵਾਦੀਆਂ ਦੀ ਫਗੜ ਨੇ ਕੀਤੇ ਇੱਕ ਵੱਡਾ ਤਪਾਈ ਅਭਿਆਨ ਰੰਭਿਆ ਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਵਾਲਮੀਕੀ ਜਯੰਤੀ ਦੇ ਮੌਕੇ ਪਰ ਸਭ ਨੇ ਕੀ ਮੁਬਾਰਕਬਾਦ ਤੇ ਸ਼ੁਭ ਕਾਮਨਾ ਦਿੱਤੀਆਂ ਨਾ ਤੇ ਉਹਨਾਂ ਖਬਰਾਂ ਦੀ ਤਫਸੀਲ ਕਰਨੇ ਜਗਮਨ ਸ਼ਰਮਾ ਸ਼ੁਕਰੀਆ ਸ਼ਿਵੀ प्रधानमंत्री नरेंद्र मोदी जोर होर देख भाषा साहित्य कला ते आध्यात्मिकता जने सास्कृतिक थम कुष पंछान आज उलैल साड़ा देश तरक्की दी बत्ता पर तेजिया अगड़े बद करता है तदिया जड़ा आत्मसम्मान आत्मविश्वास ते स्वाभिमान कने बड़ी गहराई तगर पुजी गं अज नमी दिल्ली च अंतर्राष्ट्रीय अभिधम्म दिवस के सिलसिले च आयोजित एक कार्यक्रम संबोधित करते हुए प्रधानमंत्री भगवान बुद्ध ह्ख्या ਜੰਦਾਸ ਅਕੀਤਾ ਤੇ ਪੂਰੀ ਦੁਨੀਆ ਅਗੇ ਅਪੀਲ ਕੀਤੀ ਜੇ ਸਮੱਸਿਆ ਇਹਦੇ ਹਾਲ ਕੀਤੇ ਜੰਗਾਂ ਲੜਾਈਆਂ ਅਲੀ ਬਖੀ ਜਾਣ ਦੇ ਬਜਾਏ ਮਹਾਤਮਾ ਬੁੱਧੂੰਦ ਦੀਆਂ ਸਿੱਖਿਆਾਂ ਚ ਟੁੰਡਨੇ ਦੀ ਕੋਸ਼ਿਸ਼ ਕਰਨੀ ਲੋੜ ਸੀ ਜਿਹੜੀਆਂ ਸੰਗ ਇਹ ਰਮਾਨਦਾਰੀ ਦੇ ਬੱਤਾਂ ਪਰ ਟੁਰਨ ਲਈ ਪ੍ਰੇਰਿਤ ਕਰਦੀਆਂ ਹਨ ਉਹਨੀਆਂ ਅੱਖਾਂ ਜੋ ਭਾਰਤ ਦੇ ਲੈ ਅੰਮ੍ਰਿਤਕਾਲ ਚਾ ਗੁਜ਼ਰਾ ਕਰਦਾ ਹੈ ਤੇ ਵੱਡੇ ਬਦਲਾਵ ਵਾਲੀ ਇਹ ਯਾਤਰਾ 2047 ਤੱਕ ਸੰਪਨ ਹੋ ਜਦੋਂ ਭਾਰਤ ਇੱਕ ਵਿਕਸਿਤ ਰਾਸ਼ਟ ਬਣੀ ਜਾਗ ਪ੍ਰਧਾਨ ਮੰਤਰੀਓ ਨੇ ਨੌਜਵਾਨੇ ਅੱਗੇ ਅਪੀਲ ਕੀਤੀ ਜੋ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਚ ਅਗੜੇ ਵੱਧਦੇ ਹੋਈ ਆਪਣੀ ਸੰਸਕ੍ਰਿਤੀ ਤੇ ਮੁੱਲ ਕਦਰੇ ਪਰ ਮਾਨਕਰਨ ਪਾਲੀ ਪਾਸ਼ਾ ghee ਸ਼ਾਸਤ੍ਰੀ ਪਾਸ਼ਾ ਦਾ ਦਰਜਾ ਦੇਣ ਦੇ ਸਰਕਾਰ ਦੇ ਫੈਸਲੇ ਪਰ ਮੋਦ ਯੋਰੀਆਂ ਖਿਆ ਜੇ ਪਾਸ਼ਾ ਛੜੀਆਂ ਗਲਬਾ ਦਾ ਜ਼ਰੀਆ ਨਹੀਂ ਸਗਵਾ ਕੁਸਾ ਵੀ ਮੁਲਕ ਦੀ ਸਭਿਤਾ ਤੇ ਸੰਸਕ੍ਰਿਤੀ ਦੀ ਆਤਮਾ ਹੁੰਦੀਆਂ ਨਾ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪਹਿਲੇ ਪਹਿਲੇ ਮੁੱਖ ਮੰਤਰੀ ਦੇ ਤੌਰ ਆਪਰ ਸੁਗੰਧ ਚੁੱਕਨੇ ਦੇ ਦੋ ਦਿਨੇ ਮਗਰਾ ਉਮਰ ਅਬਦੁੱਲਾ ਹੋਰੇ ਅੱਜ ਆਪਣੇ ਮੰਤਰੀ ਮੰਡਲ ਦੀ ਪਹਿਲੀ ਪਹਿਲੀ ਬੈਠਕ ਦੀ ਅਧਿਕਸ਼ਤਾ ਕੀਤੀ ਬੈਠਕਾਂ 'ਚ ਮੁੱਖ ਸਚਿਵ ਅਟਲ ਡੁੱਲੂ ਤੇ ਹੋਰ ਸੀਨੀਅਰ ਅਫਸਰ ਵੀ ਮੌਜੂਦ ਹੈ ਬੈਠਕਾਂ 'ਚ ਪ੍ਰਮੁੱਖ ਪ੍ਰਸ਼ਾਸਨਿਕ ਮੁੱਦਿਆਂ ਪਰ ਗੱਲਬਾਤ ਕੀਤੀ ਗਈ ਤੇ ਸਰਕਾਰ ਦੀਆਂ ਸਭਨੇ ਸ਼ਾ ਪਹਿਲੀਆਂ ਤਰਜੀਹਾਂ ਪਰ ਪ੍ਰਮੁੱਖਤਾ ਕਰਨੇ ਸਲਾਹ ਸੂਤਰ ਕੀਤਾ ਗਿਆ ਨਵੇਂ ਬਣੇ ਦੇ ਮੰਤਰੀ ਮੰਡਲ ਨੇ ਸਰਕਾਰ ਦੀ ਦਰਪੇਸ਼ ਚੁਣੌਤੀਆਂ ਪ੍ਰਕਿਰਿਆਵਾਂ ਦੀ ਤਰਤੀਬ ਦੇਣੇ ਲੋਕਾਂ ਦੀਆਂ ਦਿੱਕਤਾਂ ਸ਼ਿਕਾਇਤਾਂ ਦੀ ਦੂਰ ਕਰਨੇ ਤੇ ਨੌਕਰਸ਼ਾਹੀ 'ਚ ਪੂਰੀ ਚਾਲੀ ਪਾਰਦਰਸ਼ਤਾ ਯਕੀਨੀ ਬਣਾਉਣੇ ਦੇ ਬਾਰੇ 'ਚ ਵੀ ਤਫਸੀਲੀ ਸਲਾਹ ਸੂਤਰ ਕੀਤਾ ਮੰਤਰੀ ਮੰਡਲ ਦੀ ਟੀਮ ਨੇ ਜਾਰੀ ਵਿਕਾਸ ਪਰਿਯੋਜਨਾਵਾਂ ਦੀ ਰਫ਼ਤਾਰ ਤੇ ਪ੍ਰਗਤੀ ਦਾ ਜਾਇਜ਼ਾ ਲਿਆ ਬੈਠਕਾਂ 'ਚ ਆਖਿਆ ਗਿਆ ਕਿ ਸਰਕਾਰ ਦੀਆਂ ਪ੍ਰਾਥਮਿਕਤਾਵਾਂ 'ਚ ਟਾਂਚਾਗਤ ਵਿਕਾਸ 'ਚ ਤੇਜ਼ੀ ਆਨਣਾ ਸਿਹਤ ਦੇਖਭਾਲ ਸਿੱਖਿਆ ਕਾਮਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਹੋਰ ਦੂਏ ਵਿਸ਼ੇ ਸ਼ਾਮਲਨ ਮੁੱਖ ਮੰਤਰੀਆਂ ਨੇ ਕੱਲ ਬਖਵਾ ਕਮੇਟ ਵਿੱਚ ਦੇ ਸਚਿਵੇਂ ਤੇ ਹੋਰ ਨਿਯੁਕਤੀਆਂ ਕੰਨੇ ਸਿਵਲ ਸਚਿਵਾਲਜ ਬੈਠਕ ਵੀ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰਿਆਂ ਜਾਂਖਿਆ ਜ ਸੰਗੀਤ ਤੇ ਭਾਸ਼ਾ ਜਿਹੜੀਆਂ ਦੇਸ਼ੀ ਦੀਆਂ ਸੀਮਾਂ ਕੋਲਾਪਾਰ ਪੁੱਜਦੀਆਂ ਨੇ ਉਹ ਦੁਨੀਆ ਭਰ ਐ ਚ ਸਮਝੀਆਂ ਜਾਂਦੀਆਂ ਨੇ ਨਵੀਂ ਦਿੱਲੀ ਚ ਚਲਾ ਕਰਦੇ ਭਾਰਤੀ ਅਨ੍ਰਿਤ્ય ਬਾਰੇ ਪਹਿਲੇ ਪਹਿਲੇ ਅੰਤਰਰਾਸ਼ਟਰੀ ਉਤਸਵ ਲਈ ਜਾਰੀ ਆਪਣੇ ਸਨੇਜ ਉਹਨਿਆਂਖਿਆ ਜੇ ਨਵੀਂ ਪੀੜੀ ਲਈ ਨਾਚ ਬੜਾ ਮਤਬੂਨ ਹੈ ਕਿ ਜੇ ਇਹ ਭਾਰਤ ਦੀ ਸਾਂਸਕ੍ਰਿਤਿਕ ਪਛਾਣ ਦਾ ਅੰਤਰੋਟੇ ਸਾ ਹੈ ਉਹਨਿਆਂਖਿਆ ਜੇ ਕਲਾएं ਬਾਰੇ ਸਭਨੇਸ਼ਾ ਪੁਰਾਣੇ ਆਲੇਖ भारत मुनि ने लिखे दे ना। उन्हें उख्या जिस चाली दे उत्सव साड़ी नौजवान पीढ़ी पूरी दुनिया की भी भारत दिए कलात्मक कलात्मक कने जोड़ देना राष्ट्रपति द्रौपदी मुर्मू हो त्रै अफ्रीकी दी की य्रा के त्री आखिरी चरण चलावी पुजिया मलावी का दौरा करने भारत दिया ਪੈਲੀਆਂ ਰਾਸ਼ਪਤੀ ਨੇ ਉੱਥੇ ਪਹੁੰਚਨੇ ਪਰ ਰਾਸ਼ਪਤੀ ਹੰਦਾ ਨਿੱਘਾ ਸਵਾਗਤ ਕੀਤਾ ਗਿਆ ਉਤਰੋਂ ਦਿਨੇ ਤੋੜੀ ਮਲਾਵਿਚ ਰੋਂਗਨ ਜਿਸ ਦੌਰਾਨ ਹੰਦਾ ਦਪੱਖੀ ਤੇ ਸਿਸ਼ਟ ਮੰਡਲ ਸਤਦੀਆਂ ਬੈਠਕਾਂ ਚ ਸ਼ਿਰਕਤ ਕਰਨ ਦਾ ਕਾਰਜਕ੍ਰਮ ਵੀ ਹੈ ਇਹਦੇ ਇਲਾਵਾ ਉਥੇ ਰਵਾਬ ਕਰ ਦੇ ਪਾਰਤੀ ਮੋਲ ਦੇ ਲੋਕਾਂ ਕੰਨੇ ਵੀ ਉ ਮਿਲਗਨ ਉ ਮਲਾਵੀ ਗਨ ਰਾਜ ਦੇ ਰਾਸ਼ਟਰਪਤੀ ਲਾਜ਼ਰਾਸ ਚਕਵੇਰਾ ਉੰਦੇ ਕੰਨੇ ਕਲ ਮਲਾਟੀ ਕੰਗਨ ਕਲ ਗਿਆ ਕੇਸ਼ੇਸ਼ ਸ਼ਿਸ਼ਟ ਮੰਡਲ ਸਤਦੀ ਦੀ ਬੈਠਕ ਵਿੱਚ ਵੀ ਸਲੰਗਨ ਇਹਦੇ علاوہ ਉਹ ਉਥੋਂ ਦੇ ਰਾਸ਼ਟਰੀ ਯੁੱਧ ਸਮਾਰਕ ਅਜੈਬਕਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੇ ਮਲਾਵੀ ਝੀਲ ਦੇਖਣ ਲਈ ਵੀ ਜਾੰਗਨ 19 ਤਰੀਕ ਤੱਕ ਕਰਦੇ ਉੰਦੇ ਇਸ ਤੋਰ ਦਾ ਮਕਸਦ ਦੋਨੇ ਮੁਲਕਾਂ ਵਿਚਕਾਰ ਸਰਬੰਦੇ ਚ ਮਜ਼ਬੂਤੀ ਆਨਣਾ ਹੈ केंद्रीय रईबाई मंत्री शिवराज सिंह चौहान हो की बाजारें च बेचने की रूत दो हजार पंजी छबी छ हाड़ी फसलें का घोट समर्थन मूल्य यानी एमएसपी बधाने के फैसले प्रधानमंत्री नरेंद्र मोदी हुता आभार प्रकट किया रायबाई मंत्री आख्या मोदी सरकार जिन्हें ਉਤਪਾਦਨ ਲਾਗਤ ਉਪਰ 50 ਫੀਸਡ ਸ਼ਾਮਤ ਮੁਨਾਫਾ ਦੇਣ ਵਾਲੀ ਐਮਐਸਪੀ ਪਰ ਖਰੀਦ ਦਾ ਫੈਸਲਾ ਲੈਂਦਾ ਨਮੀ ਦਿੱਲੀ ਚ ਮੀਡੀਆ ਕਨ ਨੇ ਗੱਲ ਕਰਦੀ ਹੋਈ ਚੋਹਾਨ ਹੋਰੀਆਂ ਆਖਿਆ ਜੇ ਕਨਕੂਲੀ ਐਮਐਸਪੀ 2450 ਰੁਪਏ ਤੈਅ ਕੀਤਾ ਗਿਆ ਜੋ ਲਈ 1980 ਚਨੇ ਲਈ ਐਮਐਸਪੀ 5650 ਰੁਪਏ ਮਸਰੇ ਲਈ ਐਮਐਸਪੀ 6700 ਰੁਪਏ ਸਰੀਆਂ ਲਈ 5950 ਰੁਪਏ ਤੇ ਸੈਫ ਫਲੋਰ ਲਈ 5940 ਰੁਪਏ ਫੀ ਕੁਇੰਟਲ ਤੈਅ ਕੀਤਾ ਗਿਆ ਹੈ ਉਪ ਰਾਜਪਾਲ ਮਨੋਜ ਸਿਨਹਾ ਔਰ ਅੱਜ ਲੈਜੈਂਡਸ ਲੀਗ ਕ੍ਰਿਕਟ 2024 ਦੀ ਜੇਤੂ ਤੇ ਦੂਏ ਨੰਬਰ ਉੱਪਰ ਆਈ ਦੀ ਟੀਮ ਕਰਨੇ ਮਿਲੇ ਲੀਗ ਦਾ ਫਾਈਨਲ ਮੈਚ ਕੱਲ ਸ੍ਰੀਨਗਰ ਦੇ ਬਖਸ਼ੀ ਸਟੇਡੀਅਮ 'ਚ ਖੇਡਿਆ ਗਿਆ ਹੈ ਟੀਮੇ 'ਚ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਯੂਸਫ ਪਠਾਨ ਸ਼ਹਿਬਾਜ਼ ਨਦੀਮ ਐਲਟਨ ਜਿਤੁੰਬਰਾ ਹਮਿਲਟਨ ਮਸਕਟਜ਼ਾ ਨikhil ਚੋਪੜਾ और दु टीम मिम्बर टीम मालक के अधिकारी शामिल है। उपरा ने ते हैं उपराज्यपाल सीनियर क्रिकेटरें मुबारकबाद से शुभकामना दीं निष्ठा खेड ले जज्बे इस श्रृंखला दौरान प्रदर्शन की रजिए सफना की थी इस प्रतियोगिता की यादगारी बनाई दी इस लीग का फाइनल मैच सदन सुपर स्टार्स के कोनार्क सूर्यस ओडिशा बशकार खेडिया गया जिस सदन सुपर स्टार्स ने ਸੂਪਰ ਓਵਰ ਕਨੇ ਜੀਤ ਲਤਾ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪ੍ਰਸੂਨਾਦਿਓ ਬਾਕੀ ਦੀਆਂ ਖਬਰਾਂ ਕਨੇ ਸ਼ਿਵੀ ਸੂਰੀ ਨਿਯੰਤਰਣ ਰੇਖਾ ਕਰਨੇ ਲੱਗਦੇ ਰਾਜੌਰੀ ਤੇ ਪੁੰਚ ਜ਼ਿਲ੍ਹੇ ਚ ਸੁਰੱਖਿਆ ਬਲੇ ਬਾਕ ਬਾਕ ਇਲਾਕੇ ਚ ਵੱਡੇ ਪੈਮਾਨੇ ਪਰ ਤਪਾਈ ਅਭਿਆਨ ਸ਼ੁਰੂ ਕੀਤਾ ਅਧਿਕਾਰੀਆਂ ਅਸਿਆ ਕੀਤੀ ਗਈ ਜਾਣਕਾਰੀ ਮੁਜਬ ਜ਼ਿਲ੍ਹੇ ਦੇ ਗੁਰਸਈ ਟਾਪ ਇਲਾਕੇ ਚ ਮੂਰੀ ਸ਼ਸਤਾਰ ਇਲਾਕੇ ਚ ਕਿਸ ਆਤੰਕਵਾਦੀਆਂ ਦੀ ਮੌਜੂਦਗੀ ਬਾਰੇ ਇੱਕ ਟਕੋਦੀ ਸੂਤ ਹੋਣੇ ਪਰ ਇਲਾਕੇ ਕੀ ਕੇਰੀਏ ਤਪਾਈ ਅਭਿਆਨ ਸ਼ੁਰੂ ਕੀਤਾ ਗਿਆ ਸੁਰੱਖਿਆ ਬਲੇ ਅਸਿਆ ਲਲਕਾਰੇ ਜਾਣੇ ਦੇ ਬਾਅਦ ਕਿਸ ਚਿਰੇ ਲਈ ਦਬਕੀਆਂ ਗੋਲੀਬਾਰੀ ਵੀ ਉਹ ਇਹ ਅਤੰਕਵਾਦੀਆਂ ਕੀ ਫਗੜਨੇ ਲਈ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ ਤੇ ਜੰਗਲੇ ਅੰਦਰ ਉੱਠੇਗੇ ਦੇ ਅਤੰਕਵਾਦੀਆਂ ਦਾ ਪਤਾ ਲਾਣੇ ਲਈ ਖੋਜੀ ਕੁੱਤੇ ਡਰੋਨ ਤੇ ਹੈਲੀਕਾਪਟਰ ਵੀ ਇਲਾਕੇ ਕੀ ਖੰਗਾਲ ਵਿੱਚ ਮਦਦ ਕਰਾ ਦੇਣਾ ਕੰਨੇ ਲੱਗਦੇ ਰਜौरी ਜ਼ਿਲ੍ਹੇ ਚ ਵੀ ਕੁੰਦਰ ਤੇ ਕੰਨੇ ਲੱਗਦੇ ਸ਼ਾਦਰਾ ਸ਼ਰੀਫ ਇਲਾਕੇ ਚ ਵਿਆਪਕ ਤਪਾਈ ਅਭਿਆਨ ਸ਼ੁਰੂ ਕੀਤੇ ਗੇਦਾ ਹੁੰਦੇ ਅੱਜ ਬੜਲੇ ਤਰਾਉ ਆਤੰਕਵਾਦੀਏ ਦੇ ਮੌਜੂਦ ਹੋਣੇ ਦੀ ਖਬਰ ਤੁਹੀ ਹੀ ਫਿਲਹਾਲ ਅਜਤੂੜੀ ਹੁੰਦੇ ਨੇ ਕੋਈ ਆਮਨਾ-ਸਾਮਨਾ ਨਹੀਂ ਹੋਇਆ ਭਾਜਪਾ ਨੇਤਾ ਤੇ ਰਾਜ ਸਭਾ ਮੈਂਬਰ ਇੰਜੀਨੀਅਰ ਗੁਲਾਮ ਅਲੀ ਖਟਾਨਾ ਹੋਰੇ ਆਖਿਆ ਜੇ ਭਾਰਤ-ਪਾਕਿਸਤਾਨ ਕਰਨੇ ਮਿਤਰੀਪੂਰਨ ਸਰਬੰਧ ਅਦੂਤੂੜੀ ਨਹੀਂ ਬਣੀ ਸਕਦੇ ਜਦ ਤੋੜੀ ਉਹ ਆਤੰਕਵਾਦ ਕੀ ਆਪਣਾ ਸਮਰਥਨ ਬੰਦ ਨਹੀਂ ਕਰੋਗ ਇੱਕ ਚੈਨਲ ਕੀ ਸਾਕਸ਼ਾਤਕਾਰ ਚ ਖਟਾਨਾ ਹੋਰੇ ਟਿੱਪਣੀ ਕੀਤੀ ਜਕ ਪਾਕਿਸਤਾਨ ਦੀ ਆਤੰਕਵਾਦ ਦੀ ਸਾਜ਼ਿਸ਼ ਯੋਗ ਦੇ ਨਾਲ ਬੰਦ ਕਰਨਾ ਲੋਚਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਰਨ ਮੋਦੀ ਹੋਰੇ ਮਹਾਰਿਸ਼ੀ ਵਾਲਮੀਕਿ ਜੈਨਤੀ ਪਰ ਦੇਸ਼ ਵਾਸੀਆਂ ਦੀ ਸ਼ੁਭ ਕਾਮਨਾ ਦਿੱਤੀਆਂ ਇੱਕ ਸੋਸ਼ਲ ਮੀਡੀਆ ਪੋਸਟ ਤੇ ਰਾਸ਼ਟਰਪਤੀ ਹੋਰੇ ਆਖਿਆ ਜੇ ਆਦਿ ਕਵੀ ਵਾਲਮੀਕਿ ਆਸਿਆ ਰਚਿਤ ਧਾਰਮਿਕ ਗ੍ਰੰਥ ਰਾਮਾਇਣ ਭਗਵਾਨ ਸ਼੍ਰੀ ਰਾਮ ਹੁੰਦੀ ਦਿਵਯ ਗਾਥਾ ਕਰਨੇ ਮਾਨਵ ਸਮਾਜ ਦੀ ਇੱਕ ਅਨਮੁੱਲਾ ਤੋਹਫਾ ਹੈ ਰਾਸ਼ਟਰਪਤੀ ਹੋਰੇ ਲੋਕਾਂ ਥਮਾ ਆਦੀ ਕਵੀ ਆਸਿਆਂ ਦੱਸੇ ਕੇ ਦੇ ਆਦਰਸ਼ੇ ਪਰ ਟੁਰਨੇ ਦੀ ਗੁਜ਼ਾਰਿਸ਼ ਕੀਤੀ ਉਹ ਰਾਸ਼ਟਰਪਤੀ ਜਗਦੀਪ ਧਨ ਕੜੋਰੇ ਇਸ ਮੌਕੇ ਪਰ ਲੋਕਾਂ ਦੀ ਸ਼ੁਭ ਕਾਮਨਾ ਦਿੰਦੇ ਹੋਏ ਆਖਿਆ ਜੇ ਮਹਾਰਾਸ਼ੀ ਵਾਲਮੀਕੀ ਹੁੰਦਾ ਗਿਆਨ ਕਰੁਣਾ ਸਤਿ ਤੇ ਧਰਮ ਦਾ ਸੰਦੇਸ਼ ਸਭ ਨੇ ਲਈ ਬਣੇਦਾ ਹੈ ਉਹਨੇ ਕਾਮਨਾ ਕੀਤੀ ਜੇ ਆਦਿ ਕਵੀ ਉਹਦੀ ਸਿੱਖਿਆ ਦੇਸ਼ ਦਾ ਮਾਰਗਦਰਸ਼ਨ ਕਰਦੀ ਰੋਗ ਤੇ ਸਮਾਜ ਚ ਇਕਤਾ ਤੇ ਸਦਭਾਵ ਬਣਾਈ ਰੱਖਣੇ ਚ ਮਦਦਕਾਰ ਹੋਗ ਇੱਕ ਸੋਸ਼ਲ ਮੀਡੀਆ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਮਹਾਰਿਸ਼ੀ ਵਾਲਮੀਕੀ ਉਹਦੇ ਮਹਾਨ ਵਿਚਾਰ ਕਰੋੜੇ ਲੋਕਾਂ ਦੀ ਪ੍ਰੇਰਿਤ ਕਰਦੇ ਰਹੂੰਗਨ ਉਹਨੇ ਆਖਿਆ ਜੇ ਆਦਿ ਕਵੀ ਵਾਲਮੀਕੀ ਹੋਰੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਰਗਦਰਸ਼ਨ ਲਈ ਮਹਾਕਾਵਿ ਰਾਮਾਇਣ ਦੀ ਰਚਨਾ ਕੀਤੀ ਹੀ ਉਹਨੇ ਆਖਿਆ ਜੇ ਮਹਾਰਿਸ਼ੀ ਹੋਰੇ ਸਕਾਰਾਤਮਕ ਸੋਚ ਪਰ ਜ਼ੋਰ ਦਿੱਤਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰਗਨੋਰੇ ਆਖਿਆ ਜੇ ਲੋਕਾਂ ਤੱਕ ਸਹੀ ਸੂਚਨਾ ਤੇ ਗੁਣਵੱਤਾ ਪੂਰਨ ਸਮਗਰੀ ਦਾ ਪ੍ਰਸਾਰਣ ਕਰਨਾ ਪ੍ਰਸਾਰਣ ਖੇਦ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਡਾਕਟਰ ਮੁਰਗਨੋਰੇ ਅੱਜ ਨਵੀਂ ਦਿੱਲੀ ਚ ਇੰਡੀਆ ਮੋਬਾਈਲ ਕਾਂਗਰਸ ਚ ਪ੍ਰਸਾਰਣ ਖੇਤਰਾਂ ਚ ਉੱਭਰਦੇ ਸਾਧਨਾਂ ਤੇ ਟੈਕਨੋਲੋਜੀ ਉਪਰ ਆਯੋਜਿਤ ਇੱਕ ਸਿੰਪੋਜੀਅਮ ਕੀ ਸੰਬੋਧਿਤ ਕੀਤਾ ਉਹਨੇ ਪਵਿੱਖ ਲਈ ਨਵੀਂ ਟੈਕਨੋਲੋਜੀਆਂ ਕੀ ਅਪਣਾਉਣ ਦੇ ਮੱਤਵ ਤੇ ਪ੍ਰਸਾਰਣ ਦੀ ਬਦਲਾਵ ਆਲੀ ਸ਼ਕਤੀ ਦਾ ਜ਼ਿਕਰ ਕੀਤਾ ਮੁਰਗਨੋਰੇ ਆਖਿਆ ਜੇ ਕੇਂਦਰੀ ਮੰਤਰੀ ਮੰਡਲ ਚ ਆਜੂਗੇ 234 ਅਸ਼ਰੇ ਚ 730 ਨਵੇਂ ਨਿੱਜੀ ਰੇਡੀਓ ਚੈਨਲ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ ਡਾਕਟਰ ਮੁਰਗਨੋਰੇ ਸੱਭੇ ਲਈ ਉੱਚ ਗੁਣਵੱਤਾ ਦੀ ਮੀਡੀਆ ਸਮੱਗਰੀ ਦੀ ਪੂਰੀ ਯਕੀਨੀ ਕਰਨ ਤੇ ਆਰਥਿਕ ਵਿਕਾਸ ਚ ਪ੍ਰਸ਼ਾਸਨ ਖੇਤਰ ਦੀ ਭੂਮਿਕਾ ਗੀ ਸਸ਼ਕਤ ਬਣਾਉਣ ਲਈ ਉਨਤ ਟੈਕਨੋਲੋਜੀ ਦੇ ਪ੍ਰਯੋਗ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ के खीर च खास खास खबरें करी पर प्रधानमंत्री नरेंद्र मोदी और राष्ट्रीय की आकार देने च भाषा साहित्य कला दे अध्यात्म की भूमिका पर लो पाई मुख्यमंत्री उमर अब्दुल्ला और अपनी सरकार दी पहली पहली, पहली कैबिनेट बैठक की अध्यक्षता की थी जो आखचे जम्मू कश्मीर बुनियादी ढांचे सेहत देखभाल शिक्षा ते दे रोजगार की बढ़ावा देने दी नमी सरकार दी प्राथमिकता है सुरक्षा सुरक्षाबलें जिला ते राजौरी च आतंकवाद की फगड़ने गे एक बड़ा तुपा अभियान चलाया है ते राष्ट्रपति ਰਾਸ਼ਪਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਵਾਲਮੀਕੀ ਜਨਤੀ ਦੇ ਮੌਕੇ ਪਰ ਸਭਨੇ ਕੀ ਮੁਬਾਰਕਬਾਦ ਤੇ ਸ਼ੁਭ ਕਾਮਨਾ ਦਿੱਤੀਆਂ ਨੇ ਇਹਦੇ ਕੰਨੇ ਗੇ ਖਬਰੇਦਾਰ ਬੁਲੇਟਿਨ ਸਮਾਪਤ ਹੋਇਆ